अस्सलामुअलैकुम। अल्लाह ताला के रहम करम से फजल के साथ शुक्र के साथ वेलकम करते हैं शुरू मोहम्मद रिया की खिदमत में हाजिर है। तो काम पे हम लोग पहुँच चुके हैं, कपड़े चेंज करने मैंने तो जुमान को लेके आऊँ अभी बाइक से। उसकी बाइक की जाती रात को बारिश बहुत ज़्यादा हो रही थी, इसलिए उसको उसने कॉल की कि होटल पर आ जाओ मुझे ले जाओ और साथ में कुछ खाना छाना खा लो। सुबह सुबह अंडे वाली रोटी खा के आऊँ, तंदूर रोटी। तो अभी चले कपड़े चेंज करते हैं, फिर काम स्टार्ट करते हैं। आज की क्या एक्टिविटी होती है वो आपको दिखाई जाएगी। तो जो जो साथी नए आए प्लीज चैनल को सब्सक्राइब जरूर कीजिएगा, बेल आइकन जरूर दबाइए, हमें सपोर्ट करें, अल्लाह ताला सबके लिए आसानियाँ पैदा करें इंशाल्लाह। चले काम स्टार्ट करते हैं, फिर आपसे मिलते हैं। बाहर का मौसम देखें, मौसम बहुत खुशगवार है, रात बारिश बहुत हुई है, बादल हुए थे, अब बिल्कुल साफ हो गया। तो चलें इसके साथ ही काम स्टार्ट करते हैं। हाँ जी हाँ जी, हवा डली है सारी ना, ਅਤੇ ਹੁਣ ਉਹਦਾ ਸਟੈਪ ਡੇ ਆ ਬਣਾ ਲਿਆ, ਰਾਤੀ ਬਣੀ ਹੋਈ ਇਹਨੂੰ ਮੈਂ, ਕੱਲ੍ਹ ਰਾਤ ਦੀ ਬਣੀ ਹੋਈ ਹੈ। ਅਤੇ ਇਹ ਜਗ੍ਹਾ ਤੱਕ ਕਟਾਈ ਕੀਤੀ ਹੈ, ਤਕਰੀਬਨ 175 ਕੀਤਾ ਉਧਰੋਂ, ਅਤੇ ਹੁਣ ਅੱਗੇ ਜਿਹੜਾ 115 ਨਾਲ ਸੈਰ ਕਰਦੇ ਪਏ ਹਾਂ। ਅਤੇ ਇਸੇ ਹੀ ਦਿਹਾੜੀ ਲੰਘਦੀ ਆ, ਸਵੇਰ ਦੇ ਲੱਗੇ ਹੋਏ ਹਾਂ ਅਤੇ ਤਕਰੀਬਨ ਹੁਣ 4 ਵੱਜੇ ਹੋਏ ਨੇ। ਅਤੇ ਇਹ ਕਟਾਈ ਹੋਈ ਹੈ ਸੁਬਹ ਤੋਂ ਲੈ ਕੇ, ਮਸ਼ੀਨ ਬੰਦ ਨਹੀਂ ਰਹੀ, ਚੱਲਦੀ ਰਹੀ ਹੈ, ਤਾਂ ਫਿਰ ਇੰਨੀ ਕਟਾਈ ਹੋਈ ਹੈ। ਅਤੇ ਅੱਲਾ ਖੈਰ ਕਰੇ, ਲੱਗੇ ਹੋਏ ਆ ਮੌਜਾ ਦੇ ਨਵੀਰ ਸਾਹਿਬ, ਉਹ ਪਿੱਛੇ ਲੱਗੇ ਹੋਏ ਨੇ ਆਪਣੇ ਕੰਮ ਨੂੰ। ਜ਼ਮਾਨ ਸਾਹਿਬ ਉਹ ਲੱਗੇ ਨੇ ਸਾਹਮਣੇ, ਅਤੇ ਦਿਹਾੜੀ ਲੱਗ ਰਹੀ ਹੈ ਸਾਰਿਆਂ ਦੀ, ਅੱਲਾ ਤਾਲਾ ਖੈਰ ਕਰੇ। ਅੱਜ ਇਰਾਦਾ ਇਹਨਾਂ ਦਾ ਕੋਈ ਖਾਣ ਪੀਣ ਨੂੰ ਸ਼ਾਮ ਨੂੰ ਕਰਨ ਦਾ ਪ੍ਰੋਗਰਾਮ, ਵੇਖੋ ਹੁਣ ਕੀ ਕਰਦੇ ਨੇ, ਦੱਸਾਂਗੇ ਤੁਹਾਨੂੰ ਨਾਲ ਨਾਲ। ਇਹ ਵੇਖੋ ਜੀ, ਇਹ ਨਵੀਰ ਸਾਹਿਬ ਨੇ ਕੀ ਧੁਰਾ ਜਿਹਾ ਖੜ੍ਹਾ ਕਰ ਦਿੱਤਾ ਇੱਥੇ। ਆਹ ਨਵੀਰ ਕੀ ਬਣਾਇਆ ਯਾਰ? ਇਹ ਲਾਟੂ ਜੀ ਤਿਆਰ ਕੀ, ਇਹਦੇ ਵਿੱਚ ਬਹਿ ਰਹੇਗੇ। ਇਹ ਬਣਾਇਆ ਵਾ ਜਿਹੜੀਆਂ ਸ਼ਲਟਾਂ ਬਣਦੀਆਂ ਨੇ ਨਾ, ਹਾਂ ਸ਼ਲਟਾਂ ਬਣਦੀਆਂ ਨੇ, ਇਹ ਉੱਤੇ ਲੱਗਦੀ ਕੌਮ ਦੇ ਉੱਪਰ, ਕੌਮ ਦੇ ਉੱਪਰ ਸ਼ਲਟ ਜਿਹੜੀ ਇਸ ਤਰ੍ਹਾਂ ਲਪੇਟੀ ਜਾਂਦੀ ਉਹ ਹੁੰਦੀ ਹੈ, ਸਪਿਨ ਹੁੰਦੀ ਹੈ ਸਾਰੀ, ਉਹ ਸਾਰੀ ਜੋ ਬੁਰ ਸ਼ੋਰ ਲਾ ਕੇ ਪਰਾ ਮਾਰਦੀ ਹੈ। ਹਾਂ ਜੀ, ਇਹ ਇੱਕ ਲਾਈਨ ਦੇ ਵਿੱਚ ਤਕਰੀਬਨ 100 ਮਸ਼ੀਨ ਲੱਗੀ ਹੈ, ਇੱਕ ਲਾਈਨ ਦੇ ਵਿੱਚ 100 ਮਸ਼ੀਨ ਲੱਗੀ ਹੈ, ਸਪਿਨ ਕਰਦੀ ਹੈ ਸ਼ਲਟ ਨੂੰ। ਆ ਜਿਹੜੀਆਂ ਸ਼ਲਟਾਂ ਪਾਈਆਂ ਨੇ ਉਹ ਇਹਦੇ ਨਾਲ ਲਿਟੀ ਜਾਂਦੀਆਂ ਨੇ, ਤਾਂ ਉਹਨੂੰ ਝਾੜਦੀ ਹੈ ਖੱਟਾ ਮਿੱਟੀ, ਹਾਂ ਇਹਦੇ ਉੱਤੇ ਆਉਂਦੇ ਜੀ ਇੱਕ ਹੋਰ ਚੀਜ਼ ਚੜ੍ਹਦੀ ਹੈ ਕੋਨ, ਉਹ ਚਾੜ ਕੇ ਤਾਂ ਫਿਰ ਬਾਅਦ ਨੂੰ ਘੁਮਾਉਂਦੀ, ਜਿਹੜਾ ਧਾਗਾ ਵਾਧਾ ਕੋਈ ਰੂਮਰਾਂ ਲੱਗਾ ਹੁੰਦਾ ਉਹ ਲੱਗ ਜਾਂਦਾ ਤੁਹਾਨੂੰ। ਨੈਕਸਟ ਵੀਡੀਓ ਦੇ ਵਿੱਚ ਨੈਕਸਟ ਟਾਈਮ ਵੀਡੀਓ ਪਤਾ ਨਹੀਂ ਆਣੀ ਕਿ ਨਹੀਂ ਆਣੀ ਸਾਡੇ ਕੋਲ ਸਿੱਧੇ ਸਾਦੇ, ਅਤੇ ਮੈਂ ਤੁਹਾਨੂੰ ਵਾਦਾ ਇਹਨਾਂ ਇਹ ਅੱਜ ਪੀਸ ਕੀਤੇ ਸਵੇਰ ਦੇ, ਇਹ ਵੇਖੋ ਇਹਨੇ ਪੀਸ ਕੀਤੇ ਅੱਜ ਸਾਰੀ ਦਿਹਾੜੀ 'ਚ, ਪਾਵਾ ਪਾਇਆ ਇਹਨੇ, ਕਦੀ ਉੱਧਰ ਨੂੰ ਅਤੇ ਕਦੀ ਉੱਧਰ ਨੂੰ, ਫਿਰਦਾ ਰਹਿੰਦਾ ਲੋ ਲੋ, ਅਤੇ ਬਹੁਤ ਘੜੀ ਕਹਾਉਂਦੀ ਆ ਕੇ ਵੇਖ ਕੇ ਇਹਨਾਂ 'ਤੇ ਤੁਰ ਜਾਂਦਾ ਇਹਨੇ ਕੀਤਾ ਕੀ ਹੈ। ਅਤੇ ਮੈਨੂੰ ਕਹਿੰਦਾ ਮੇਰਾ ਵੀ ਕੰਮ ਮੁਕਾ ਦੇ, ਮੈਂ ਕਿਹਾ ਮੇਰੀ ਆਪਣੀ ਸ਼ਾਫਟ ਨਹੀਂ ਮੁੱਕਣ ਡਈ, ਮੈਂ ਤੇਰਾ ਕੀ ਕੰਮ ਮੁਕਾ ਦਿਆ। ਅਤੇ ਇਹ ਅਜੇ ਮੁਕਾਨ ਡਿਆ ਅਤੇ ਇਹ ਅਜੇ ਰਹਿੰਦੇ ਹੋ, ਅਤੇ ਜ਼ਮਾਨ ਸਾਹਿਬ ਨੇ ਉੱਧਰ ਨਾ ਪੰਚ ਸ਼ੁਰੂ ਕੀਤੇ ਹੋਏ ਨੇ, ਪੰਚ ਡਿਆ ਹਾਰਡ ਕਰਨ ਜ਼ਮਾਨ ਨਾਲ, ਅਤੇ ਜ਼ਮਾਨ ਨੇ ਨਾ ਹੁਣ ਉੱਧਰੋਂ ਕੱਢ ਲਏ ਨੇ ਭੱਠੀ ਵਿੱਚੋਂ, ਭੱਠੀ ਵੀ ਵੱਡੀ ਵਿੱਚੋਂ ਕੱਢ ਲਏ ਨੇ, ਉੱਧਰ ਗਰਮ ਕਰਦੀ ਉਹ ਵਿਖਾਉਂਦੇ ਨਾ ਤੁਹਾਨੂੰ, ਅੰਦਰੋਂ ਪਤਾ ਲੱਗਦਾ ਕਿ ਲੋ ਲੱਗੀ ਹੋਈ ਇਹਨਾਂ ਦਾ ਲਾਲ, ਇਹ ਫੁੱਲ ਹੁਣ ਗਰਮ ਹੈ, ਅਤੇ ਹੁਣ ਇੱਧਰ ਰੱਖੇ ਹੋਏ ਨੇ ਇਹ 120 ਦੀ ਇਹਦਾ ਟੈਂਪਰੇਚਰ ਅੰਦਰ, ਅਤੇ 93 ਮਿੰਟ ਇਹਨੇ ਦੇਣੇ ਨੇ, ਅਤੇ ਇਹ ਪੰਜ ਰਾਤ ਦਿੱਤੇ ਹੋਏ ਨੇ ਅੰਦਰ ਵਿੱਚ, ਇੱਥੇ 93 ਮਿੰਟ 97 ਮਿੰਟ ਹੋਣੇ ਨੇ ਤੈਨੂੰ ਬਾਹਰ ਕੱਢਣਾ ਇਹਨੇ। ਅਤੇ ਇੱਧਰ ਜਿਹੜਾ ਇਹਨੂੰ ਟੈਂਪਰ ਦੇ ਰਿਹਾ ਗਰਮ ਉੱਧਰ ਕੀਤੇ ਨੇ, ਬਾਅਦ 'ਚ ਇਹ ਆਇਲ ਦੇ ਵਿੱਚ ਇਹਨੂੰ ਪਾਇਆ ਤੇਲ, ਤੇਲ ਦੇ ਵਿੱਚ ਸੁੱਟ ਕੇ ਇਹਨਾਂ ਨੂੰ ਇਹਨਾਂ ਦਾ ਮਤਲਬ ਕਿ ਮੇਨਟੇਨ ਕੀਤਾ ਟੈਂਪਰੇਚਰ ਜਿਹੜਾ ਉੱਧਰੋਂ ਮਿਲਿਆ ਜੀ ਉਹਨੂੰ ਕੰਟਰੋਲ ਕੀਤਾ, ਅਤੇ ਥੋੜ੍ਹੇ ਜਿਹੇ ਮਤਲਬ ਕਿ ਹਾਰਡ ਹੋਏ ਨੇ ਉੱਧਰ, ਬਾਅਦ 'ਚ ਲਿਆ ਕੇ ਇਹਦੇ ਵਿੱਚ ਰੱਖਣੇ, ਇਹਦੇ ਵਿੱਚ ਟੈਂਪਰ ਦਿੱਤੀ ਜਾਏਗੀ ਇਹਨੂੰ, ਕਮ ਸੋ ਕਮ 90 ਮਿੰਟ, 90 ਮਿੰਟ ਇਹਦੇ ਵਿੱਚ ਲੱਗਣਗੇ, ਇੱਕ ਮਿੰਟ ਇਹਦਾ ਹੋ ਗਿਆ ਰੱਖਿਆ ਹੋਇਆ ਨੂੰ, ਅਤੇ ਬਾਅਦ 'ਚ 90 ਮਿੰਟ ਬਾਅਦ ਕੱਢਦੇ ਨੇ, ਅਤੇ ਜੇ ਹੋਇਆ ਮੈਂ ਤਾਂ ਇਨਸ਼ਾਅੱਲਾ ਤੁਹਾਨੂੰ ਵਿਊ ਵਹਾਵਾਂਗਾ ਇਹਦਾ ਕੀ ਹੈ।
ਤੇ ਬਾਕੀ ਜਿਹੜੇ ਨੇ ਕੰਮ ਚੱਲਣ ਦੇ ਨਾਲ ਨਾਲ ਸਾਰੇ। ਇਹ ਕੱਲ੍ਹ ਦੀ ਆਈ ਖੋਲੀ ਹੋਈ ਹੈ ਅਤੇ ਇਹਦੇ ਕੋਲ ਕੰਪਲੇਨ ਲਾਈ ਹੋ ਰਹੀ ਗਰਮ ਕਰਕੇ ਅਤੇ ਇਹਦੇ ਬੈਰਿੰਗ ਚੇਂਜ ਕਰਨੇ ਨੇ। ਅੱਜ ਆਉਣਾ ਮੁੰਡਿਆਂ ਨੇ ਬੈਰਿੰਗ ਚੇਂਜ ਕਰਨ, ਅੱਜ ਆਉਂਦੇ ਕੱਲ੍ਹ ਆਉਂਦੇ ਜੇ ਅੱਜ ਆਏ ਤਾਂ ਇਨਸ਼ਾਅੱਲਾ ਤੁਹਾਨੂੰ ਵਿਖਾਵਾਂਗੇ ਕਿਹੜੇ ਫਰੈਂਡ ਆਉਂਦੇ ਨੇ ਸਾਡੇ। ਅਤੇ ਬਾਕੀ ਆਪਣੀ ਸ਼ਾਫਟ ਧੜਾ ਧੜ ਚੱਲ ਰਹੀ ਅੱਜ ਦੀ ਦਿਹਾੜੀ। ਹਾਂਜੀ ਇਹ ਸਮਾਨ ਨਾ ਤਨਜ਼ੀਮ ਭਾਈ ਦਾ, ਤਨਜ਼ੀਮ ਭਾਈ ਆ ਗਏ ਨੇ, ਪਿਆਰੇ ਭਾਈ ਆ ਗਏ ਨੇ। ਮੈਂ ਇਹਨਾਂ ਨੂੰ ਕਿਹਾ ਪਾਣੀ ਭਰਿਆ ਪਿਆ, ਰੂਹ ਅਫਜ਼ਾ ਰੂਹ ਅਫਜ਼ਾ ਪੀ ਲਓ, ਨਹੀਂ ਮੰਨਣ ਡੇ ਆਏ ਨੇ ਕਿ ਠੰਡਾ ਠੰਡਾ ਪਾਣੀ ਪੀਓ, ਆਪਣੇ ਕਲੇਜੇ ਕਲੂਜੇ ਠੰਡੇ ਕਰੋ। ਕਹਿੰਦੇ ਨੇ ਸਾਨੂੰ ਕੰਮ ਦੀ ਦੌੜ ਲੱਗੀ ਹੈ, ਕੰਮ 'ਤੇ ਚੱਲੀਏ ਵਾਪਸ। ਅਤੇ ਮੈਂ ਕਿਹਾ ਨਹੀਂ ਯਾਰ, ਥੋੜ੍ਹਾ ਜਿਹਾ ਪਾਣੀ ਸ਼ਾਣੀ ਪੀਓ ਤਾਂ ਫਿਰ ਜਾਇਓ ਜੇ। ਦੇਖੋ ਹੁਣ ਇਹਨਾਂ ਦਾ ਕੀ ਦਿਲ ਕਰਦਾ, ਹੁਣ ਲੱਗੇ ਹੋਏ ਨੇ ਇਹਨਾਂ ਨੇ ਬੈਰਿੰਗ ਫਿੱਟ ਕਰਕੇ ਖੜਨੇ ਨੂੰ, ਅਤੇ ਆਪਣੀਆਂ ਉਹ ਰੂਟਾਂ ਰੂਟਾਂ ਚੈੱਕ ਕਰਦੇ ਪਏ ਨੇ। ਹਾਂਜੀ ਦੋਸਤੋ ਕੰਮ ਖਰਾਬ ਹੋ ਗਿਆ ਬਹੁਤ ਜ਼ਿਆਦਾ। ਇਹ ਜਿਹੜੀ ਸ਼ਾਫਟ ਹੈ ਨਾ, ਦੋ ਦਿਨ ਤਾਂ ਲਾ ਲਿਆ ਨੇ, ਬਣਾ ਲਈ ਕਰ ਲਈ ਸਾਰੀ, ਲੇਕਿਨ ਇਹਦੀ ਲੰਬਾਈ ਘੱਟ ਹੈ। ਇਹ ਦੇਖੋ ਕਿ ਜਦੋਂ ਕੰਮ ਖਰਾਬ ਹੋਣ ਲੱਗੇ ਨਾ, ਪਤਾ ਨਹੀਂ ਲੱਗਦਾ ਕੋਈ ਵੀ, ਅਤੇ ਮੈਂ ਨਾ ਮੇਰੇ ਜ਼ਿਹਨ 'ਚ ਆਇਆ ਨਾ ਉਸਤਾਦ ਹੋਰਾਂ ਦੇ ਜ਼ਿਹਨ 'ਚ ਆਇਆ ਕਿ ਕੰਮ ਸੋ ਕੰਮ 50 mm ਛੋਟੀ ਹੈ। ਅਸੀਂ ਆਰਡਰ ਦਿੱਤਾ ਸੀ 550 mm ਦਾ, ਲੇਕਿਨ ਉਹਨਾਂ ਨੇ ਜਦੋਂ ਇਹਦਾ ਰੇਟ ਵਗੈਰਾ ਭੇਜਿਆ ਸਵਾਦ ਨੇ ਓਕੇ ਕਰ ਦਿੱਤਾ, ਦੇਖਿਆ ਨਹੀਂ ਕਿ ਔਡਰ 500 ਦਾ ਹੋ ਗਿਆ। ਉਹਨਾਂ ਨੇ 500 ਦਾ ਕਟਾਈ ਕਰਕੇ ਅਤੇ ਹਿਸਾਬ ਨਾਲ ਪੈਸੇ ਘੱਲ ਦਿੱਤੀ ਸ਼ਾਫਟ। ਹੁਣ ਦੋ ਦਿਨ ਤਾਂ ਲਾ ਲਏ, ਮੈਂ ਤੁਹਾਡੀ ਵੀਡੀਓ ਵੀ ਵੇਖਦੇ ਪਏ, ਵਲੋਗ ਵੀ ਵੇਖਦੇ ਪਏ, ਸਾਰਾ ਕਿਹਾ ਕਲੀਅਰ ਕਰਦਾ ਪਿਆ ਮੈਂ ਨਾਲ ਨਾਲ, ਲੇਕਿਨ ਇਹਨੂੰ ਲਾ ਕੇ ਇਸ ਮਾਰੇ ਥੱਲੇ ਰੱਖਿਆ ਹੁਣ, ਕਿਉਂਕਿ ਜ਼ਾਇਆ ਹੋ ਗਈ ਹੈ। ਲੇਕਿਨ ਇਹ ਵੀ ਹੁਣ ਅੱਗੋਂ ਕੋਈ ਆਏ, ਇਹਦੇ ਨਾਲ ਦਾ ਮਾਡਲ ਆਇਆ ਛੋਟਾ ਮਾਡਲ, ਇੱਕ ਹੋਰ ਵੀ ਆ ਇਹਦੇ 'ਚ, ਹੋਰ 'ਚ ਇਸਤੇਮਾਲ ਹੋ ਜਾਏਗੀ। ਲੇਕਿਨ ਫਿਲਹਾਲ ਸਾਡੇ ਤਰਫੋਂ ਤਾਂ ਦੋ ਦਿਨ ਸਾਡੇ ਜ਼ਾਇਆ ਗਏ ਨੇ, ਮਿਹਨਤ ਦੋ ਦਿਨ ਦੀ ਕੀਤੀ ਹੈ। ਰਾਤ 12-12 ਵਜੇ ਤੱਕ ਮੈਂ ਖਲੋਤਾ ਰਿਹਾ ਵਲੋਗ 'ਚ, ਤੁਹਾਨੂੰ ਦੱਸਦਾ ਰਿਹਾ ਕਿੰਨੇ ਵਜੇ ਛੁੱਟੀ ਕਰ ਰਿਹਾ ਕੀ ਕਰ ਰਿਹਾ, ਅਤੇ ਉਹਦੇ ਵਿੱਚ ਇਹ ਜ਼ਾਇਆ ਹੋ ਗਈ ਹੁਣ। ਅਤੇ ਵੇਖੋ ਲੱਗੋ ਕਿ ਆਰਡਰ ਦੂਸਰਾ ਕਦੋਂ ਆਉਂਦਾ, ਇਹਦੇ ਨਾਲ ਦਾ ਛੋਟਾ ਖਰਾਬ ਹੋਏ ਕੋਈ ਗੇਰ ਬੋ ਫੇਰ ਹੀ ਬਣਦੀ, ਇਹਨਾਂ ਦੇ ਅਜੇ ਕੋਈ ਪਤਾ ਨਹੀਂ ਕਿੰਨੀ ਦੇਰ ਪਈ ਰਹੇਗੀ। ਨਵੀਂ ਦਾ ਆਰਡਰ ਦਿੱਤਾ, ਜੇ ਨਵੀਂ ਆਉਂਦੀ ਦੁਬਾਰਾ ਫਿਰ ਬਣਾਵਾਂਗੇ। ਅਤੇ ਕੱਲ੍ਹ ਦੀ ਉਹ ਸ਼ਿਪ ਆਈ ਹੋਈ ਇੱਕ ਵੱਡੀ, ਇਹ ਵੱਡੀ ਸ਼ਿਪ ਆਈ ਸੀ, ਇਹ ਤਿਆਰ ਕਰਦੇ ਪਏ, ਅਤੇ ਵੀ ਕੋਲਰਾਂ ਲਾਉਣੀਆਂ ਨੇ, ਇਹ ਵੀ ਇਸੇ ਕੰਪਨੀ ਦੀਆਂ ਨੇ ਜਿਹੜੀਆਂ ਜਿਹਦੀ ਸ਼ਾਫਟਾਂ ਦੇਣੀਆਂ ਨੇ, ਇਹ ਵੀ ਉਹਨਾਂ ਦੀ ਗੇਂਜ ਹੈਗੀ ਹੈ, ਲੇਕਿਨ ਇਹ ਉਹਨਾਂ ਨੂੰ ਚਾਹੀਦੀ ਹੈ। ਇਹ ਆਪਣੇ ਉਹ ਦੂਸਰੇ ਸਾਥੀ ਨੇ ਪਾਕਿਸਤਾਨੀ, ਉਹਨਾਂ ਨੇ ਖੋਲ੍ਹ ਕੇ ਲਿਆਂਦਾ, ਅਤੇ ਇਹ ਜਗ੍ਹਾ ਜਿਹੜਾ ਨਾ ਇਹ ਚੀਜ਼ ਲੱਗਦੀ ਇਹਦੀ ਹੈ, ਇਹ ਸਮਝੋ ਕਿ ਇੱਕ ਜਿਵੇਂ ਸਾਡਾ ਦਿਮਾਗ ਹੈ ਨਾ, ਉਵੇਂ ਹੀ ਇਹ ਲਿਫਟ ਦਾ ਦਿਮਾਗ ਹੈ। ਇਹ ਜੋ ਪ੍ਰੋਗਰਾਮ ਇਹਦੇ ਵਿੱਚ ਉਹਨਾਂ ਫਿੱਟ ਕੀਤਾ ਹੋਇਆ, ਪੂਰੀ ਲਿਫਟ ਉਹਦੇ ਹਿਸਾਬ ਨਾਲ ਚੱਲਣੀ ਹੈ। ਇਹ ਥੋੜ੍ਹਾ ਜਿਹਾ ਵੀ ਟੇਢਾ ਚੱਲੇ ਅਤੇ ਲਿਫਟ ਜਿਹੜੀ ਹੈ ਨਾ, ਮਤਲਬ ਕਿ ਜਿਵੇਂ ਸਾਡਾ ਦਿਮਾਗ ਨਹੀਂ ਕੰਮ ਕਰਦਾ, ਕੋ ਮਤਲਬ ਕਿ ਸਿਰ ਦਰਦ ਹੋਣ ਲੱਗ ਪਏ ਅਤੇ ਕਦੀ ਚੱਕਰ ਆਉਣ ਲੱਗ ਪੈਂਦੇ, ਉਹ ਹਿਸਾਬ ਇਹ ਚੀਜ਼ ਹੈ ਮੇਨ ਇਹਦੀ ਹੈ। ਇਹ ਜਗ੍ਹਾ 'ਤੇ ਲੱਗਦੀ ਹੈ ਜਗ੍ਹਾ 'ਤੇ ਇਸ ਤਰ੍ਹਾਂ, ਇਹਦੇ ਉੱਤੇ ਇੱਕ ਅਲਮੋਨੀਅਮ ਦਾ ਕਵਰ ਆਉਂਦਾ, ਫਿਰ ਬਾਅਦ 'ਚ ਜਿਹੜੀ ਜਗ੍ਹਾ 'ਤੇ ਲੱਗਦੀ ਤਾਂ ਨਹੀਂ ਇੰਨਾ ਹੈ ਪਤਾ ਮੈਨੂੰ, ਗੇਅਰ ਬੋਕਸ ਦੇ ਨਾਲ ਕਿਸ ਹਿਸਾਬ ਨਾਲ ਲੱਗਦਾ ਮੈਂ ਨਹੀਂ ਉਹਨੂੰ ਦੇਖਿਆ ਹੋਇਆ, ਬਸ ਇਹਦਾ ਪਤਾ ਕਿ ਇੱਕ ਹਿਸਾਬ ਦਾ ਲਿਫਟ ਦਾ ਦਿਮਾਗ ਹੈ। ਇਹ ਮਾੜਾ ਜਿਹਾ ਵੀ ਖਰਾਬ ਹੋ ਗਿਆ ਅਤੇ ਫਿਨਿਸ਼, ਇਹ ਬਹੁਤ ਮਹਿੰਗਾ ਪੀਸ ਹੈ, ਮਲੇਸ਼ੀਆ 'ਚੋਂ ਮਿਲਦਾ ਵੀ ਨਹੀਂ ਹੈ, ਬਾਹਰੋਂ ਮੰਗਵਾਉਣਾ ਪੈਂਦਾ ਉਹਨਾਂ ਨੂੰ, ਚਾਈਨਾ ਤੋਂ, ਜਪਾਨ ਤੋਂ, ਜਿੱਧਰੋਂ ਵੀ। ਅਤੇ ਬਾਕੀ ਆਉਂਦੇ ਨੇ ਵੀ ਇਤਿਆਤ ਕਰਿਓ ਜੀ, ਤੁਹਾਡੀ ਮਿਹਰਬਾਨੀ ਆ ਕੇ, ਚਲੋ ਠੀਕ ਹੈ ਜੀ, ਅਸੀਂ ਧਿਆਨ ਰੱਖਾਂਗੇ ਇਹਦਾ। ਅਤੇ ਇਹਦੇ ਨਾਲ ਬਸ ਵਾਧੇ ਘੱਟ ਜੋ ਹੋਣੇ ਹੁੰਦੇ ਹੋ ਗਏ ਨੇ, ਅਤੇ ਬਾਕੀ ਅੱਗੋਂ ਕੰਮ ਸ਼ੁਰੂ ਕਰਨੇ ਅਗਲੇ। ਮੈਂ ਨਾ ਉਹ ਰਾਡ ਬਣਾਉਣੇ ਨੇ ਸਟੀਲ ਦੇ ਜਿਹੜੇ ਪਏ ਨੇ, ਉਹਨਾਂ ਨੂੰ ਹੁਣ ਚੂੜੀਆਂ ਪਾਉਣੀਆਂ, ਅਤੇ ਉਹ ਚੱਲ ਕੇ ਸਟਾਰਟ ਕਰਨੇ, ਨਾਲੇ ਉਹਨਾਂ ਨੂੰ ਚੂੜੀਆਂ ਪਾਉਣੇ ਆ। ਹਾਂਜੀ ਦੋਸਤੋ ਕੀ ਹਾਲ ਨੇ, ਬੜੀ ਟੈਨਸ਼ਨ ਬਣੀ ਸੀ, ਉਹ ਸ਼ਾਫਟ ਖਰਾਬ ਹੋਈ ਸੀ ਨਾ, ਅਤੇ ਬਸ ਕੱਲ੍ਹ ਦਾ ਨਾ ਦਿਮਾਗ ਕੋਈ ਕੰਮ ਨਹੀਂ ਕਰ ਰਿਹਾ, ਕਿਉਂਕਿ ਕੱਲ੍ਹ ਦੋ ਦਿਨ ਲਾਏ ਸਨ ਅਤੇ ਸ਼ਾਫਟ ਖਰਾਬ ਹੋ ਸਾਈਜ਼ ਛੋਟਾ ਨਿਕਲਿਆ। ਪਹਿਲੇ ਕਦੀ ਇਸ ਤਰ੍ਹਾਂ ਕੰਮ ਨਹੀਂ ਹੋਇਆ,
ਜਦੋਂ ਵੀ ਆਉਂਦੀ ਚੀਜ਼ ਚੈੱਕ ਕਰ ਲੈਂਦੇ ਰਹੇ ਹਾਂ, ਲੇਕਿਨ ਬਸ ਇਹ ਕਿ ਹਰ ਵਾਰੀ ਸਹੀ ਆਉਂਦੀ ਹੈ, ਬੰਨੋ ਬਸ ਵੱਢਣੀ ਸ਼ੁਰੂ ਕਰੋ। ਵੱਢਣੀ ਸ਼ੁਰੂ ਕੀਤੀ ਜਦੋਂ ਦੂਜੀ ਸਾਈਡ ਵੀ ਵੱਢ ਲਈ ਹੈ, ਉਸ ਤੋਂ ਬਾਅਦ ਇਹ ਕੰਮ ਹੋਇਆ। ਤੁਸੀਂ ਵੀਡੀਓ ਜੇ ਦੇਖੀ ਹੋਏਗੀ, ਬੜਾ ਅਫਸੋਸ ਹੋਇਆ। ਬਾਕੀ ਤੁਸੀਂ ਜੇ ਕਦੇ ਨਵੀਂ ਲੈਣ ਦੀ ਹੈ, ਸਟਾਰਟ ਕੀਤੀ ਹੋਈ ਚਲਾਈ ਉਹ ਮਸ਼ੀਨ, ਅਤੇ ਬਾਕੀ ਫਿਲਹਾਲ ਮੈਨੂੰ ਕੰਮ ਇਹ ਮਿਲਿਆ ਸੀ, ਅਤੇ ਇਹ ਮੈਂ ਸਟੱਡ ਡਿਆਂ ਬਣਾਉਣ, ਇਹ ਚੂੜੀਆਂ ਡਿਆਂ ਪਾਉਣ, ਇਹ ਜਗ੍ਹਾ 'ਤੇ ਲੱਗਣੀਆਂ ਨੇ ਇਹਨਾਂ ਨੂੰ, ਇਹ ਚੋਰਸ ਪੀਸ ਨੂੰ ਲੱਗਣਾ, ਅਤੇ ਇਹ ਤਾਰ ਪੈਣੀ ਲੋਹੇ ਦੀ ਵਿੱਚ, ਲੋਹੇ ਦੀ ਤਾਰ ਪਾ ਕੇ ਅਤੇ ਫਿਰ ਅਗਲੇ ਪਾਸੇ ਪੈਸਾ ਇਹਨੂੰ ਇਹ ਲੱਗ ਜਾਣਾ। ਅਤੇ ਇਹ ਨਾ ਲਿਫਟ ਦੇ ਦਰਵਾਜ਼ੇ 'ਤੇ ਐਡਜਸਟਮੈਂਟ ਹੈਗੀ ਹੈ, ਅਤੇ ਮਤਲਬ ਲਿਫਟ ਦੇ ਦਰਵਾਜ਼ੇ ਨੂੰ ਖੁੱਲ੍ਹਣ 'ਚ ਬੰਦ ਹੋਣ 'ਚ ਮਦਦ ਕਰਦਾ, ਉਹ ਹੁੰਦਾ ਹੈ ਅਤੇ ਐਟੋਮੈਟਿਕ ਸਾਰਾ। ਲੇਕਿਨ ਇਹ ਤਾਰਾਂ ਵਗੈਰਾ ਵਿੱਚ ਪਈਆਂ ਹੁੰਦੀਆਂ, ਨਾਲ ਉਹ ਖੁੱਲ੍ਹੀਆਂ ਪਈਆਂ ਹੁੰਦੀਆਂ ਛੋਟੀਆਂ ਛੋਟੀਆਂ ਪਲਾਸਟਿਕ ਦੀਆਂ, ਉਹਦੀ ਮਦਦ ਨਾਲ ਜਿਹੜੀ ਨਾ ਆਸਾਨੀ ਨਾਲ ਖੁੱਲ੍ਹ ਜਾਂਦਾ ਹੈਗਾ, ਅਤੇ ਇਹ ਉਹਦੇ ਲਈ ਦਰਵਾਜ਼ੇ ਲਈ ਬਣਦੀਆਂ ਨੇ ਲੰਮਾ। ਅਤੇ ਬਾਕੀ ਨਵੀਰ ਸਾਹਿਬ ਕੀ ਕੰਮ ਕਰ ਰਹੇ ਨੇ, ਸਮਾਨ ਸਾਹਿਬ ਨੂੰ ਇਹ ਜਿਹੜੀ ਉਹਦਾ ਸੈਰ ਸੂਤ ਕੱਢਿਆ ਹੁੰਦਾ, ਉਸਨੇ ਛਾਫੜ ਦਿੱਤੀ ਹੈ ਸਮਾਨ ਨੂੰ, ਜ਼ਮਾਨ ਡਿਆ ਛਾਫੜ ਬਣਾਉਣ, ਅਤੇ ਜ਼ਮਾਨ ਉਹਨਾਂ ਨੂੰ ਤਿਆਰ ਕਰ ਲਈ ਛਾਫੜੇ ਨੇ ਸਾਰੀ, ਇਹਨੂੰ ਹੁਣ ਲਾਕ ਸ਼ਾਕ ਪਾ ਰਿਹਾ ਅਤੇ ਕਲੀਅਰ ਕਰਨ ਲੱਗਾ ਇਹਨੂੰ। ਅਤੇ ਨਵੀਰ ਸਾਹਿਬ ਜਿਹੜੇ ਆਹ ਇੱਕ, ਹਾਂਜੀ ਇੱਕ ਆਹ ਪੁਲੀ ਜਿਹੜੀ ਆਈ ਹੋਈ ਸੀ, ਇਹਦੀਆਂ ਕੋਲਰਾਂ ਲੱਗ ਗਈਆਂ, ਉਹਨਾਂ ਨੇ ਜੈਮਰਲ ਲਾਉਣੇ ਨੇ ਕਿ ਕੱਲ੍ਹ ਦੇਣੇ ਨੇ। ਅਤੇ ਮੈਂ ਉਹ ਜਿਹੜੀ ਛਾਫੜ ਦੀ ਗੱਲ ਕਰ ਰਿਹਾ, ਉਹ ਹੈ ਵੇਖੋ ਦੁਬਾਰਾ ਤੀਸਰੀ ਛਾਫੜ ਲਿਆ ਕੇ ਬਣਾ ਰਹੇ ਹਾਂ, ਤਿਆਰ ਕਰ ਰਹੇ ਹਾਂ। ਦੋ ਚਾਹੀਦੀਆਂ ਸਨ, ਇੱਕ ਖਰਾਬ ਹੋਈ ਹੈ ਲੰਬਾਈ ਦੀ ਵਜ੍ਹਾ ਨਾਲ, ਗਲਤੀ ਲੱਗ ਗਈ, ਅਤੇ ਇਹ ਜਿਹੜੀ ਸ਼ੁਕਰ ਅਲਹਮਦੁਲਿਲ ਬਿਲਕੁਲ ਸਹੀ ਆਈ ਹੈ, ਪੂਰੀ ਆਈ ਹੈ, ਅਤੇ ਇਹ ਹੁਣ ਅਸੀਂ ਤਿਆਰੀ ਕਰਨ ਲਾਉਣੀ ਸ਼ੁਰੂ ਕੀਤੀ ਹੈ। ਦੇਖੋ ਸਪੀਡ ਨਾਲ ਕਿੰਨੀ ਨਾਲ ਕਟਾਈ ਹੋ ਰਹੀ ਹੈ, ਅਤੇ ਛੋਟੇ ਲਾ ਲਾ ਕੇ ਸੁੱਟ ਰਿਹਾ ਥੱਲੇ ਮਾਲ, ਅਤੇ ਜਿਹੜੀ ਦੇਖੋ ਨਾ ਖਰਾਬ ਹੋਈ ਉਹ ਆਹ ਪਈ ਹੈ, ਬਾਕੀ ਬਿਲਕੁਲ ਖਰਾਬ ਹੋਈ ਹੈ, ਤਦੀ ਛਾਂ ਛੱਡੀ ਹੈ, ਜੇ ਸਹੀ ਹੁੰਦੀ ਤਾਂ ਇਹਨੂੰ ਛੱਡਣਾ ਨਹੀਂ ਚਲਾਉਣੀ ਸੀ, ਅਤੇ ਆਹ ਦੇਖੋ ਨਾ ਖਰਾਬ ਹੋਈ। ਅਤੇ ਨਵੀਰ ਸਾਹਿਬ ਇੱਧਰ ਲੱਗੇ ਜੇ ਕੰਮ ਨੂੰ, ਅਤੇ ਅਗਰ ਕੋਈ ਕੰਮ ਨਾ ਹੁੰਦਾ ਹੋਵੇ, ਅਗਰ ਤੁਹਾਨੂੰ ਭਾਈ ਲਈ ਕਟਰ ਨਾ ਦੇਣ ਮਿਲਣ ਦਾ, ਫਿਰ ਜੁਗਾੜ ਕਿਸ ਤਰ੍ਹਾਂ ਲਾਈਦਾ? ਇਨਸਾਨ ਮੇਰੇ ਤੇ ਕਟਰ ਮੈਂ ਨਹੀਂ ਦੇ ਰਿਹਾ, ਕਟਰ ਨਹੀਂ ਦੇ ਰਿਹਾ, ਮੈਂ ਤੁਹਾਨੂੰ ਦੱਸਦਾ ਜੁਗਾੜ ਕਿਸ ਤਰ੍ਹਾਂ ਲਾਈਦਾ। ਸਾਡੇ ਕੋਲ ਮਾਰਕਿੰਗ ਦਿੱਤੀ ਹੈ, ਹਾਂਜੀ, ਇਹਦੇ ਤੋਂ ਅਸੀਂ ਰੱਖ ਕੇ ਸਪਾਟ ਲਾ ਕੇ ਅਤੇ ਖਰਾਦ ਮਸ਼ੀਨ 'ਤੇ ਬੰਨ ਗਏ ਇਹਨੂੰ, ਅਤੇ ਉੱਧਰ ਬੋਰ ਕਰ ਦੇਣਾ, ਖਰਾਦ ਮਸ਼ੀਨ 'ਤੇ ਬੰਨ ਕੇ ਐਡੇ ਚੋਰਸ ਨੂੰ ਫਿਰ ਗੋਲ ਕਰਾਂਗੇ ਅਤੇ ਉਹ ਬੋਰ ਹੋ ਜਾਂਦਾ। ਤਜਰਬਾ ਵੇਖ ਲਓ, ਸਾਇੰਸ ਪਾਕਿਸਤਾਨੀਆਂ ਦੇ ਜਿੱਥੇ ਵੀ ਹੁੰਦੇ ਨੇ ਜੋੜ ਚਪੜੀਆ ਲਾ ਲੈਂਦੇ, ਲੱਗਿਆ ਹੁਣ ਜੋੜ ਇਹਨਾਂ ਦਾ, ਲੱਗੇ ਰਹੋ ਮੋਜਾ ਮਾਰੋ, ਅਤੇ ਮੈਂ ਆਪਣੀ ਮਸ਼ੀਨ 'ਤੇ ਚੱਲਾਂ। ਨਾਲ ਨਮਾਜ਼ ਮਗਰਬ ਦਾ ਟਾਈਮ ਹੋ ਗਿਆ, ਇਨਸ਼ਾਅੱਲਾ ਨਮਾਜ਼ ਮਗਰਬ ਪੜ੍ਹ ਕੇ ਅਤੇ ਫਿਰ ਆ ਕੇ ਬਾਅਦ 'ਚ ਮਿਲਣੇ ਹਾਂ, ਬਾਕੀ ਜਿਹੜੇ ਕੰਮ ਨੇ ਹੁਣ ਕਲੀਅਰ ਕਰੀਏ ਉਹਨਾਂ ਨੂੰ, ਕਿਉਂਕਿ ਉਹਦੇ ਵਿੱਚੋਂ ਬੀ ਸੀ ਨਿਕਲੀ ਹੈ। ਵੇਖੋ ਇੱਕ ਦੋ ਉਹ ਤੀਸਰਾ ਡਰੰਮ, ਤਿੰਨ ਡਰੰਮ ਭਰੇ ਸਨ ਇੱਕ ਛਾਫੜ ਨੂੰ ਕੱਟਣ ਕੱਟ ਕੇ, ਅੱਗੋਂ ਫਿਰ ਇੱਕ ਆ ਗਈ ਹੈ, ਫਿਰ ਤਿੰਨ ਡਰੰਮ ਭਰਨੇ ਨੇ। ਫਾਇਦਾ ਤਾਂ ਕੋਈ ਨਹੀਂ ਇਹਨਾਂ ਦਾ ਹੁੰਦਾ ਬੁਰੇ ਦਾ, ਇੰਨਾ ਉਹ ਰੋਟੀ ਪਾਣੀ ਖਰਚਾ ਹੀ ਨਿਕਲਦਾ, ਕਿਉਂਕਿ ਸਕਰੈਪ 'ਚ ਜਾਣਾ ਹੁੰਦਾ ਇਹਨੇ, ਐਡਾ ਮਹਿੰਗਾ ਨਹੀਂ ਵਿਕਦਾ ਹੈ। ਲੇਕਿਨ ਛਾਫੜ ਤਕਰੀਬਨ 2000 ਰੁਪਏ ਦੀ ਆਈ ਸੀ, 1700 ਦੇ ਕੁਛ ਰੁਪਏ ਦੀ ਆਈ ਸੀ, ਅਤੇ ਅਗਲੀ ਜਿਹੜੀ 2000 ਰੁਪਏ ਦੀ ਆਈ ਉਹ ਵੱਡੀ ਹੈ, 50 mm ਦਾ ਫਰਕ ਸੀ। ਅਤੇ ਇਸ ਮਰਿਆ ਅੱਲਾਹ ਤਾਲਾ ਬਿਹਤਰ ਕਰੇ, ਆਸਾਨੀਆਂ ਕਰੇ, ਨੈਕਸਟ ਟਾਈਮ ਐਸਾ ਕੰਮ ਨਾ ਹੋਏ ਸੜਕ ਕੋਈ ਵੀ ਖਰਾਬ। ਅਤੇ ਚਲੋ ਜੀ, ਮੈਂ ਉਹਨਾਂ ਦਾ ਸਟਾਰਟ ਬਣਾ ਲਾਂ, ਫਿਰ ਨਮਾਜ਼ ਮਗਰਬ ਵੀ ਪੜ੍ਹਨ ਦਾ ਟਾਈਮ ਹੋ ਗਿਆ, ਨਮਾਜ਼ ਮਗਰਬ ਵੀ ਪੜ੍ਹ ਕੇ ਆਉਂਦੇ ਹਾਂ ਇਨਸ਼ਾਅੱਲਾ। 1, 2, 3, 4 ਰਹਿ ਗਏ ਨੇ, 5ਵਾਂ ਬੰਨਿਆ ਹੋਇਆ, ਅਤੇ ਇਹ 9-10 ਪੀਸ ਨੇ ਬਣਾਈ ਹੈ, ਅਤੇ ਫਿਰ ਮਿਲਦੇ ਤੁਹਾਡੇ ਨਾਲ। ਹਾਂਜੀ ਦੋਸਤੋ, ਮੈਂ ਉਸੇ ਛਾਪਣ ਨੂੰ ਲੱਗਾ ਹੋਇਆ, ਆ ਗਿਆ ਇੱਧਰ ਛਾਪੜ ਦੇ ਉੱਤੇ ਮਸ਼ੀਨ 'ਤੇ, ਅਤੇ ਬਹੁਤ ਜ਼ਿਆਦਾ ਕਟਾਈ ਕਰਨੀ ਹੈ। ਦੇਖੋ ਅੱਗੇ ਮੈਂ ਵਿਖਾਈ ਉਦੋਂ ਕਿਸ ਤਰ੍ਹਾਂ ਉੱਪਰ ਤੋਂ ਕੀਤੀ, ਬਾਅਦ 'ਚ ਦੇਖੋ ਤਕਰੀਬਨ ਮੈਂ 2 ਘੰਟੇ ਲਾਏ ਨੇ, ਅਤੇ ਇੰਨੀ ਕੁ ਕਟਾਈ ਹੋਈ ਹੈ। ਅਤੇ ਉਸ ਤੋਂ ਬਾਅਦ ਬੋਸ ਚੱਲਿਆ ਸਮਾਨ ਲੈ ਕੇ, ਇਹ ਨਵੀਰ ਸਾਹਿਬ ਜਿਹੜਾ ਕਿ ਤੀਸ ਵਹਾਂਡੇ ਸੀ, ਰੌਣ ਕੀਤੀ, ਬੁਲਾਈਆਂ ਕੀਤੀਆਂ, ਉਹਨਾਂ ਨੂੰ ਬਣਾਇਆ, ਉਹਨਾਂ ਨੇ ਜੁਗਾੜ ਲਾ ਕੇ ਇਹ ਬਣਾਏ ਨੇ 2 ਐਂਗਲ, ਅਤੇ ਨਾਲ ਸ਼ਿਪ 'ਤੇ ਸ਼ਿਪ ਤਿਆਰ ਕੀਤੀ ਹੈ, ਅਤੇ ਉਹ ਹੁਣ ਲੈ ਕੇ ਜਾਣੀ ਬੋਸ ਨੇ। ਬੋਸ ਉਹ ਗੱਡੀ ਬੈਕ ਲਾ ਰਿਹਾ, ਅਤੇ ਅਨਵੀਰ ਜਿਹੜਾ ਨਾ ਫਿੱਟ ਕਰਦਾ ਪਿਆ ਲਾਕ ਲਾਉਣੇ ਨੇ ਇਹਦੇ ਵਿੱਚ। ਇਹ ਦੇਖੋ ਇਹ ਪੁਰਾਣੀ ਸੀ ਨਾ, ਇਹ ਖਰਾਬ ਹੋ ਗਈ ਹੋਈ ਹੈ, ਇਹ ਮੱਕਣ ਹੋ ਗਈ ਹੋਈ ਹੈ ਨਾ, ਉੱਥੋਂ ਖਾਧੀ ਗਈ ਹੈ ਸਾਰੀ। ਅਤੇ ਤੁਸੀਂ ਵੇਖਿਆ ਨਾ ਸਾਨੂੰ ਬਣਾਉਂਦੇ ਆ, ਪਹਿਲੀਆਂ ਬਲੋਕਾਂ 'ਚ ਪਹਿਲੇ ਵੇਖਿਆ ਹੈਗਾ, ਅਤੇ ਹੁਣ ਜਿਹੜੀ ਸੱਟਾਂ ਵਾ ਜਿਹੜੀਆਂ ਨਵੀਰ ਸਾਹਿਬ ਉਹਨੂੰ ਠੋਕ ਰਹੇ ਨੇ,
ਇੱਕ ਵਜੇ ਤੋਂ ਠਾ ਠਾ ਦੀ ਆਵਾਜ਼ ਆ ਰਹੀ ਹੈ ਅਤੇ ਉਹ ਲਾਗ ਪਾਉਂਦਾ ਪਹੁੰਚੇ ਸਾਡਾ ਤੋਂ ਅਤੇ ਫਿਰ ਆ ਬੋਸ ਨੇ ਹੁਣ ਲੈ ਕੇ ਜਾਣੀ ਇਹਨੂੰ, ਉਹ ਗੱਡੀ ਬੈਕ ਲੱਗ ਗਈ ਸਾਡੀ ਅਤੇ ਮੈਂ ਹੁਣ ਨਾ ਆਪਣੀ ਵੀ ਮਸ਼ੀਨ ਨਾਲ ਚਲਾਉਣਾ ਤੁਹਾਨੂੰ ਵੀਰ ਸਾਹਿਬ ਆਉਂਦੇ ਬੈਰਿੰਗ ਸਾਹਿਬ ਬਹੁਤ ਟੈਟ ਹੈ ਉਹਨੇ ਜ਼ਮਾਨ ਕਰਕੇ ਤਾਂ ਚਲਾ ਗਿਆ ਘਰ ਨੂੰ ਕਿਉਂਕਿ ਅਕਸਰ ਇੱਕ ਲਾਈਨ ਭਾਰੀ ਰੱਖੀ ਦੀ ਹੈ ਕੋਈ ਰੱਖ ਕੇ ਅਤੇ ਉਹਨੇ ਕੀਤਾ ਹੋਇਆ। ਅਲਹਮਦੁਲਿਲਾ ਦੋਸਤੋ ਇਹ ਦੇਖ ਲਓ ਸ਼ਾਮ ਦੇ ਲੱਗੇ ਆ ਤਕਰੀਬਨ 6:30 ਦੀ ਸ਼ੁਰੂ ਕੀਤੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੋਂ ਤੱਕ ਪਹੁੰਚੇ ਹਾਂ ਅਤੇ 12 ਵੱਜ ਚੱਲੇ ਨੇ 10 ਮਿੰਟ ਘੱਟ ਨੇ 12 ਵੱਜਣ 'ਚ ਅਤੇ ਕੰਮ ਹੁਣ ਲਾਗੇ ਲੱਗ ਗਿਆ ਥੋੜ੍ਹਾ ਜਿਹਾ ਰਹਿ ਗਿਆ ਮਕਾਈਏ ਇਹਨੂੰ ਅਤੇ ਫਿਰ ਛੁੱਟੀ ਹੋਣੀ ਹੈ ਫਿਰ ਜਾਵਾਂਗੇ ਘਰ ਆ ਜਾਏਗਾ ਇੱਕ ਸਟੈਪ ਰਹਿ ਗਿਆ ਕੱਢ ਜਾਈਏ ਫਿਰ ਸੁਬਹਾ ਆ ਕੇ ਨੂੰ ਇਹਦੇ ਚੇਂਜ ਕਰਾਂਗੇ ਅਤੇ ਫਿਰ ਅੱਗੋਂ ਜਿਹੜਾ ਕੰਮ ਹੋਏਗਾ ਕਰਾਂਗੇ। ਉਨੀ ਦੇਰ ਲਈ ਸਾਨੂੰ ਦਿਓ ਹੁਣ ਇਜਾਜ਼ਤ, ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਆਪਣੇ ਜ਼ਮਾਨ 'ਚ ਰੱਖੇ ਇਨਸ਼ਾਅੱਲਾ ਅਗਲੇ ਵਲੋਗ 'ਚ ਫਿਰ ਮਿਲਾਂਗੇ ਦੁਆ 'ਚ ਯਾਦ ਰੱਖਣਾ ਅੱਲਾਹ ਹਾਫਿਜ਼।